ਉਤਸ਼ਾਹ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ। ਕਿਸ ਤਰ੍ਹਾਂ ਖਾਲਸੇ ਦੀਆਂ ਖੇਡਾਂ ਯਾਨੀ ਗੱਤਕਾ ਖੇਡਿਆ ਜਾ ਰਿਹਾ, ਉਸ ਵੇਲੇ ਦੀ ਯੁੱਧ ਕਲਾ ਦੀ ਪ੍ਰਦਰਸ਼ਨੀ ਕਿ ਕਿਵੇਂ ਗੁਰੂ ਦਾ ਖਾਲਸਾ ਜਦੋਂ ਮੈਦਾਨੇ ਜੰਗ ਦੇ ਵਿੱਚ ਹੁੰਦਾ ਸੀ ਤਾਂ ਕਿਸ ਤਰ੍ਹਾਂ ਉਸ ਵੇਲੇ ਦੁਸ਼ਮਣ ਦੇ ਨਾਲ ਲੜਦਾ ਸੀ, ਕਿਵੇਂ ਦੁਸ਼ਮਣ ਤੇ ਵਰਦਾ ਸੀ। ਉਸ ਵੇਲੇ ਮੈਦਾਨੇ ਜੰਗ ਦੇ ਵਿੱਚ ਇਕੱਲਾ ਇਕੱਲਾ ਸਿੰਘ ਸਵਾ ਸਵਾ ਲੱਖ ਤੇ ਭਾਰੂ ਕਿਵੇਂ ਪੈਂਦਾ ਸੀ, ਕੀ ਯੁੱਧ ਨੀਤੀ ਸੀ, ਕੀ ਉਸ ਵੇਲੇ ਦੀ ਸ਼ਸਤਰ ਨੀਤੀ ਸੀ, ਉਸੇ ਨੂੰ ਦਿਖਾਉਣ ਦੀ ਇੱਕ ਕੋਸ਼ਿਸ਼ ਇਹ ਯੁੱਧ ਕਲਾ ਦਾ ਨਮੂਨਾ ਖਾਲਸਾਈ ਖੇਡਾਂ ਕਿ ਕਿਵੇਂ ਗੁਰੂ ਦੇ ਲਾਡਲੇ ਗੁਰੂ ਦੇ ਪਿਆਰੇ ਇਹ ਇਸ ਤਰ੍ਹਾਂ ਦੇ ਹਥਿਆਰਾਂ ਦੇ ਨਾਲ ਰਵਾਇਤੀ ਢਾਲਾਂ ਦੇ ਨਾਲ ਕਿਵੇਂ ਉਸ ਯੁੱਧ ਕਲਾ ਦੀ ਪ੍ਰਦਰਸ਼ਨੀ ਦਿਖਾਉਂਦੇ ਨੇ ਕਿ ਅਸੀਂ ਉਸ ਚੀਜ਼ ਦਾ ਅਹਿਸਾਸ ਕਰ ਸਕੀਏ ਕਿ ਕਿਵੇਂ ਖਾਲਸਾ ਮੈਦਾਨੇ ਜੰਗ ਦੇ ਵਿੱਚ ਕਿਹੜੇ ਸ਼ਸਤਰਾਂ ਨੂੰ ਕਿਸ ਤਰ੍ਹਾਂ ਇਸਤੇਮਾਲ ਕਰਦਾ ਸੀ, ਕਿਵੇਂ ਵਰਤਦਾ ਸੀ ਔਰ ਕਿਵੇਂ ਦੁਸ਼ਮਣ ਦੇ ਆਊ ਲਾਉਂਦਾ ਸੀ ਮੈਦਾਨੇ ਜੰਗ ਦੇ ਵਿੱਚ, ਉਸੇ ਕਲਾ ਦਾ ਪ੍ਰਦਰਸ਼ਨ ਅਸੀਂ ਉਹਨਾਂ ਨੂੰ ਗੱਤਕਾ ਕਹਿੰਦੇ ਹਾਂ। ਔਰ ਉਸ ਵੇਲੇ ਜਦੋਂ ਸਿੰਘ ਮੈਦਾਨੇ ਜੰਗ ਦੇ ਵਿੱਚ ਗੱਜਦੇ ਸੀ ਤਾਂ ਦੁਸ਼ਮਣ ਨੂੰ ਭਾਜੜਾਂ ਪੈ ਜਾਂਦੀਆਂ ਸੀ। ਐਸੀ ਸ਼ਸਤਰ ਨੀਤੀ ਬਾਜਾਂ ਵਾਲੇ ਪਿਤਾ ਨੇ ਆਪਣੇ ਸਿੰਘਾਂ ਨੂੰ ਬਖਸ਼ੀ, ਐਸੀ ਖੇਡ ਨੀਤੀ ਆਪਣੇ ਸਿੰਘਾਂ ਨੂੰ ਬਖਸ਼ੀ। ਔਰ ਇਹ ਨੀਤੀ ਦਾ ਪ੍ਰਦਰਸ਼ਨ ਕਿ ਵੱਖ ਵੱਖ ਸ਼ਸਤਰਾਂ ਦੇ ਨਾਲ ਕਿਵੇਂ ਸਿੰਘ ਗੁਰੂ ਦੇ ਸਿੰਘ ਮੈਦਾਨੇ ਜੰਗ ਦੇ ਵਿੱਚ ਦੋਨਾਂ ਹੱਥਾਂ ਦੇ ਵਿੱਚ ਫੜੀਆਂ ਕਿਰਪਾਨਾਂ ਕਿਵੇਂ ਸਿੰਘ ਮੈਦਾਨੇ ਜੰਗ ਦੇ ਵਿੱਚ ਆਹੂ ਲਾਉਂਦੇ ਸੀ, ਤਾਂ ਉਸੇ ਯੁੱਧ ਨੀਤੀ ਦਾ ਪ੍ਰਦਰਸ਼ਨ ਉਸਨੂੰ ਖੇਡ ਦੇ ਤੌਰ ਤੇ ਹੁਣ ਖੇਡਿਆ ਜਾਂਦਾ ਹੈ। ਹੁਣ ਖੇਡ ਮੁਕਾਬਲੇ ਇਹ ਸਿੰਘਾਂ ਦੇ ਖੇਡ ਮੁਕਾਬਲੇ, ਔਰ ਤੁਸੀਂ ਦੇਖ ਰਹੇ ਹੋ ਕਿ ਨਿਹੰਗ ਮੁਖੀ ਬਾਬਾ ਬਲਵੀਰ ਸਿੰਘ ਮੰਚ ਤੇ ਹੋ ਰਹੀਆਂ ਖੇਡਾਂ ਦੇਖਦੇ ਹੋਏ, ਤੱਕਦੇ ਹੋਏ, ਆਸ਼ੀਰਵਾਦ ਦਿੰਦੇ ਹੋਏ ਆਪਣੇ ਸਿੰਘਾਂ ਨੂੰ। ਇਹ ਬਾਬਾ ਬਲਵੀਰ ਸਿੰਘ ਤੁਸੀਂ ਦੇਖ ਰਹੇ ਹੋ ਮੰਚ ਤੇ ਮੌਜੂਦ ਨੇ, ਉਹਨਾਂ ਤੋਂ ਇਲਾਵਾ ਵੱਡੀ ਗਿਣਤੀ ਦੇ ਵਿੱਚ ਸਿੰਘ ਇਸ ਵੇਲੇ ਮੰਚ ਤੇ ਮੌਜੂਦ ਨੇ ਔਰ ਉਹਨਾਂ ਦੇ ਸਾਹਮਣੇ ਇਸ ਵੇਲੇ ਹੋ ਰਿਹਾ ਇਹ ਖੇਡ ਪ੍ਰਦਰਸ਼ਨ ਗੱਤਕਾ ਖੇਡਿਆ ਜਾ ਰਿਹਾ। ਔਰ ਸਿੰਘਾਂ ਦੇ ਵੱਲੋਂ ਰਵਾਇਤੀ ਸ਼ਾਸਤਰਾਂ ਦਾ ਇਸਤੇਮਾਲ, ਕਿਵੇਂ ਰਵਾਇਤੀ ਸ਼ਾਸਤਰਾਂ ਦੇ ਨਾਲ ਗੱਤਕਾ ਖੇਡਿਆ ਜਾਂਦਾ, ਇੱਕ ਨਿਪੁੰਨ ਖੇਡ ਕਲਾ ਦੇ ਵਿੱਚ ਕਿਵੇਂ ਨਿਪੁੰਨ, ਸ਼ਾਸਤਰ ਵਿੱਦਿਆ ਦੇ ਵਿੱਚ ਕਿਵੇਂ ਨਿਪੁੰਨ ਸਨ ਸਾਡੇ ਯੋਧੇ ਸਾਡੇ ਸੂਰਮੇ, ਉਸਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਨਿਹੰਗ ਸਿੰਘਾਂ ਦੇ ਵੱਲੋਂ। ਤਾਂ ਇਹ ਛੋਟੇ ਛੋਟੇ ਸਿੰਘ ਕਿਵੇਂ ਵੱਖ ਵੱਖ ਸ਼ਸਤਰਾਂ ਪ੍ਰਦਰਸ਼ਨ ਕਰਦੇ ਹੋਏ ਨੱਚਦੇ ਆਉਂਦੇ ਨੇ, ਸਿੰਘ ਗੱਜਦੇ ਆਉਂਦੇ ਨੇ ਮੈਦਾਨੇ ਜੰਗ ਦੇ ਵਿੱਚ ਜਿਵੇਂ ਸਿੰਘ ਗੱਜਦਾ ਸੀ। ਅੱਜ ਬੇਸ਼ੱਕ ਇੱਥੇ ਇੱਕ ਪ੍ਰਦਰਸ਼ਨ ਦੇ ਤੌਰ ਤੇ ਖੇਡਾਂ ਦੇ ਤੌਰ ਤੇ ਖੇਡਿਆ ਜਾ ਰਿਹਾ, ਪਰ ਕੋਈ ਸਮਾਂ ਸੀ ਜਦੋਂ ਇਹ ਯੋਧੇ ਮੈਦਾਨੇ ਜੰਗ ਦੇ ਵਿੱਚ ਦੁਸ਼ਮਣ ਦੇ ਆਹੂ ਲਾਉਂਦੇ ਸੀ, ਕਿਵੇਂ ਭਾਜੜਾਂ ਪਾਉਂਦੇ ਸੀ। ਤਾਂ ਇਹ ਤਸਵੀਰਾਂ ਉਸੇ ਚੀਜ਼ ਨੂੰ ਬਿਆਨ ਕਰਦੀਆਂ ਨੇ। ਤਾਂ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਮੌਜੂਦ ਹੈ ਜਿਹੜੀ ਇਸ ਖਾਲਸਾਈ ਖੇਡ ਕਲਾ ਨੂੰ ਨਿਹਾਰ ਰਹੀ ਹੈ। ਵੱਖ ਵੱਖ ਥਾਵਾਂ ਤੋਂ ਪਹੁੰਚੀ ਸੰਗਤ ਇੱਥੇ ਮੌਜੂਦ ਹੈ ਔਰ ਸਿੰਘਾਂ ਦੀ ਇਸ ਖੇਡ ਕਲਾ ਨੂੰ ਦੇਖ ਰਹੇ ਨੇ, ਨਿਹਾਰ ਰਹੇ ਨੇ। ਵੱਡੀ ਗਿਣਤੀ ਵਿੱਚ ਸੰਗਤ ਇੱਥੇ ਪਹੁੰਚੀ ਹੋਈ ਹੈ ਜਿਹੜੀ ਇਸ ਖੇਡ ਕਲਾ ਦਾ ਆਨੰਦ ਮਾਣ ਰਹੀ ਹੈ। ਪਰ ਇਹ ਮੁਕਾਬਲਾ ਚੱਲ ਰਿਹਾ, ਸਿੰਘਾਂ ਦੀਆਂ ਵੱਖ ਵੱਖ ਟੀਮਾਂ ਨੇ ਔਰ ਇਹਨਾਂ ਟੀਮਾਂ ਦੇ ਵਿੱਚ ਜਿੱਤ ਹਾਰ ਹੋਣੀ ਹੈ। ਜੇਤੂ ਸਿੰਘਾਂ ਦੇ ਜੇਤੂ ਟੀਮਾਂ ਦੇ ਨਾਵਾਂ ਦਾ ਐਲਾਨ ਕੀਤਾ ਜਾਣਾ ਹੈ। ਤਾਂ ਇਹ ਸਾਡੀਆਂ ਰਵਾਇਤੀ ਖੇਡਾਂ ਜੋ ਖਾਲਸਾਈ ਖੇਡਾਂ ਕਹਿ ਲਈਏ, ਤਾਂ ਗੁਰੂ ਦੇ ਸਿੰਘ ਇਸ ਵੇਲੇ ਇਸ ਖਾਲਸਾਈ ਖੇਡ ਦਾ ਪ੍ਰਦਰਸ਼ਨ ਕਰ ਰਹੇ ਨੇ।